ਚੇਤਨ 2 ਸਾਲ ਤੋਂ ਤੁਸੀਂ ਪ੍ਰਧਾਨ ਹੋ ਹੁਣ ਤਾਂ ਅੰਦਰਲਾ ਸਿਸਟਮ ਵੀ ਸਮਝ ਕੇ ਮੀਟਿੰਗਾਂ ਵੀਸੀ ਨਾਲ ਹੁੰਦੀਆਂ ਸੈਨੇਟਰਾਂ ਨਾਲ ਹੁੰਦੀਆਂ ਰਹੀਆਂ ਨੇ ਕਿੱਥੇ ਕਮੀ ਰਹਿ ਗਈ ਕਿਉਂਕਿ ਪਹਿਲੇ ਦਿਨ ਤੋਂ ਹੀ ਇਸ ਇਨਸਾਨ ਦੀ ਜੋ ਸੋਚ ਰਹੀ ਹੈ ਅਕੈਡਮਿਕਸ ਦੀਆਂ ਚੀਜ਼ਾਂ ਹੁੰਦੀਆਂ ਨੇ ਰਿਸਰਚ ਦੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਚੀਜ਼ਾਂ ਬਾਰੇ ਮੇਰਾ ਨਹੀਂ ਖਿਆਲ ਇੱਕ ਵੀ ਚੀਜ਼ ਇੱਕ ਵੀ ਕੋਈ ਕਾਨਫਰੰਸ ਜਾਂ ਇੱਕ ਵੀ ਕੋਈ ਪ੍ਰੋਗਰਾਮ ਰੱਖਿਆ ਗਿਆ ਵਾਈਸ ਚਾਂਸਲਰ ਵੱਲੋਂ ਪਰ ਦੀਆਂ ਨੇ ਸੰਘ ਨੂੰ ਅੱਗੇ ਵਧਾਉਣ ਲਈ ਬੀਜੇਪੀ ਦੀਆਂ ਜਿਹੜੀਆਂ ਮੀਟਿੰਗਾਂ ਨੇ ਭਾਵੇਂ ਪੰਜਾਬ ਯੂਨੀਵਰਸਿਟੀ ਦਾ ਇੰਗਲਿਸ਼ ਆਡੀਟੋਰੀਅਮ ਲੈ ਲਓ ਭਾਵੇਂ ਪੰਜਾਬ ਯੂਨੀਵਰਸਿਟੀ ਦਾ ਲਾਅ ਆਡੀਟੋਰੀਅਮ ਲੈ ਲਓ ਭਾਵੇਂ ਪੰਜਾਬ ਯੂਨੀਵਰਸਿਟੀ ਦੇ ਗੈਸਟ ਹਾਊਸ ਲੈ ਲਓ ਇਹ ਸੰਘ ਦੇ ਤੇ ਬੀਜੇਪੀ ਦੇ ਬੰਦਿਆਂ ਲਈ ਤਾਂ ਹਮੇਸ਼ਾ ਵਰਤੇ ਗਏ ਨੇ ਇੱਕ ਨੰਬਰ ਤੇ ਸੀ ਪੂਰੇ ਇੰਡੀਆ ਦੇ ਵਿੱਚ ਉਸ ਚੀਜ਼ ਨੂੰ ਲੈ ਕੇ ਮੇਰਾ ਨਹੀਂ ਖਿਆਲ 3 ਸਾਲ ਤੋਂ ਕੋਈ ਵੀ ਪ੍ਰੋਗਰਾਮ ਇਸ ਵਾਈਸ ਚਾਂਸਲਰ ਵੱਲੋਂ ਚਲਾਇਆ ਗਿਆ ਪੰਜਾਬ ਯੂਨੀਵਰਸਿਟੀ ਵਿੱਚ ਸੰਘਰਸ਼ ਚੱਲ ਰਿਹਾ ਉਸੇ ਸੰਘਰਸ਼ ਦਾ ਹਿੱਸਾ ਬਣੇ ਹੋਏ ਨੇ ਪੰਜਾਬ ਯੂਨੀਵਰਸਿਟੀ ਦੇ ਮੌਜੂਦਾ ਪ੍ਰਧਾਨ ਚੇਤਨ ਚੌਧਰੀ ਜੋ ਕਿ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਤੋਂ ਪ੍ਰਧਾਨ ਬਣੇ ਸੀ 2 ਸਾਲ ਹੋ ਗਿਆ ਕਰੋਨਾ ਕਾਲ ਕਰਕੇ ਉਹਨਾਂ ਦਾ ਜਿਹੜਾ ਟੈਨਿਓਰ ਆ 1 ਸਾਲ ਐਕਸਟੈਂਡ ਵੀ ਕੀਤਾ ਗਿਆ ਉਹਨਾਂ ਤੋਂ ਪੁੱਛਦੇ ਆ ਵੀ ਯੂਨੀਵਰਸਿਟੀ ਦੀ ਇਹ ਹਾਲਾਤ ਕਿਉਂ ਬਣ ਗਏ ਕਿਉਂ ਵੀਸੀ ਜਾਂ ਹੋਰ ਜਿਹੜੇ ਕੇਂਦਰ ਸਰਕਾਰ ਦੇ ਅਫਸਰ ਨੇ ਉਹ ਰਾਹ ਨਹੀਂ ਦੇ ਰਹੇ ਜਾਂ ਕਿਉਂ ਕਿੱਥੇ ਕਮੀਆਂ ਰਹਿ ਗਈਆਂ ਚੇਤਨ ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ ਚੇਤਨ 2 ਸਾਲ ਤੋਂ ਤੁਸੀਂ ਪ੍ਰਧਾਨ ਹੋ ਹੁਣ ਤਾਂ ਅੰਦਰਲਾ ਸਿਸਟਮ ਵੀ ਸਮਝ ਕੇ ਮੀਟਿੰਗਾਂ ਵੀਸੀ ਨਾਲ ਹੁੰਦੀਆਂ ਸੈਨੇਟਰਾਂ ਨਾਲ ਹੁੰਦੀਆਂ ਰਹੀਆਂ ਨੇ ਕਿੱਥੇ ਕਮੀ ਰਹਿ ਗਈ ਪੰਜਾਬ ਯੂਨੀਵਰਸਿਟੀ ਦੇ ਅੰਦਰ 2018 ਤੋਂ ਜਦੋਂ ਦਾ ਇਹ ਵਾਈਸ ਚਾਂਸਲਰ ਅਪੁਆਇੰਟ ਹੋਇਆ ਭਾਵੇਂ ਤੁਸੀਂ ਸਟੂਡੈਂਟ ਵਰਗ ਲਾ ਲਓ ਭਾਵੇਂ ਸਟਾਫ ਲਾ ਲਓ ਭਾਵੇਂ ਟੀਚਰ ਲਾ ਲਓ ਭਾਵੇਂ ਐਡਮਿਨਿਸਟ੍ਰੇਟਿਵ ਬੰਦੇ ਲਾ ਲਓ ਕਿਸੇ ਵੀ ਇਨਸਾਨ ਦੀ ਪੰਜਾਬ ਯੂਨੀਵਰਸਿਟੀ ਦੇ ਅੰਦਰ ਸੁਣਵਾਈ ਨਹੀਂ ਹੈ ਕਿਉਂਕਿ ਪਹਿਲੇ ਦਿਨ ਤੋਂ ਹੀ ਇਸ ਇਨਸਾਨ ਦੀ ਜੋ ਸੋਚ ਰਹੀ ਹੈ ਵੀ ਇਹਨੇ ਪੰਜਾਬ ਯੂਨੀਵਰਸਿਟੀ ਦੇ ਅੰਦਰ ਆ ਕੇ ਯੂਨੀਵਰਸਿਟੀ ਨੂੰ ਇੱਕ ਅੱਗੇ ਲੈ ਕੇ ਜਾਣ ਵਾਲੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਅਕੈਡਮਿਕਸ ਦੀਆਂ ਚੀਜ਼ਾਂ ਹੁੰਦੀਆਂ ਨੇ ਰਿਸਰਚ ਦੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਚੀਜ਼ਾਂ ਬਾਰੇ ਮੇਰਾ ਨਹੀਂ ਖਿਆਲ ਇੱਕ ਵੀ ਚੀਜ਼ ਇੱਕ ਵੀ ਕੋਈ ਕਾਨਫਰੰਸ ਜਾਂ ਇੱਕ ਵੀ ਕੋਈ ਪ੍ਰੋਗਰਾਮ ਰੱਖਿਆ ਗਿਆ ਵਾਈਸ ਚਾਂਸਲਰ ਵੱਲੋਂ ਪਰ ਸੰਘ ਦੀ ਜਿਹੜੀਆਂ ਨੀਤੀਆਂ ਨੇ ਸੰਘ ਨੂੰ ਅੱਗੇ ਵਧਾਉਣ ਲਈ ਬੀਜੇਪੀ ਦੀਆਂ ਜਿਹੜੀਆਂ ਮੀਟਿੰਗਾਂ ਨੇ ਭਾਵੇਂ ਪੰਜਾਬ ਯੂਨੀਵਰਸਿਟੀ ਦਾ ਇੰਗਲਿਸ਼ ਆਡੀਟੋਰੀਅਮ ਲੈ ਲਓ ਭਾਵੇਂ ਪੰਜਾਬ ਯੂਨੀਵਰਸਿਟੀ ਦਾ ਲਾਅ ਆਡੀਟੋਰੀਅਮ ਲੈ ਲਓ ਭਾਵੇਂ ਪੰਜਾਬ ਯੂਨੀਵਰਸਿਟੀ ਦੇ ਗੈਸਟ ਹਾਊਸ ਲੈ ਲਓ ਇਹ ਸੰਘ ਦੇ ਤੇ ਬੀਜੇਪੀ ਦੇ ਬੰਦਿਆਂ ਲਈ ਤਾਂ ਹਮੇਸ਼ਾ ਵਰਤੇ ਗਏ ਨੇ ਪਰ ਪੰਜਾਬ ਯੂਨੀਵਰਸਿਟੀ ਨੂੰ ਅੱਗੇ ਲੈ ਕੇ ਜਾਣ ਲਈ ਪੰਜਾਬ ਯੂਨੀਵਰਸਿਟੀ ਜਿਹੜੀ ਕਿ ਰਿਸਰਚ ਦੇ ਨੰਬਰ 'ਚ ਇੱਕ ਨੰਬਰ 'ਤੇ ਸੀ ਪੂਰੇ ਇੰਡੀਆ ਦੇ ਵਿੱਚ ਉਸ ਚੀਜ਼ ਨੂੰ ਲੈ ਕੇ ਮੇਰਾ ਨਹੀਂ ਖਿਆਲ 3 ਸਾਲ ਤੋਂ ਕੋਈ ਵੀ ਪ੍ਰੋਗਰਾਮ ਇਸ ਵਾਈਸ ਚਾਂਸਲਰ ਵੱਲੋਂ ਚਲਾਇਆ ਗਿਆ ਚੇਤਨ ਰੋਜ਼ ਸਰਕਾਰਾਂ ਦਾ ਆ ਰਿਹਾ ਵਾਈਸ ਚਾਂਸਲਰ ਦਾ ਆ ਰਿਹਾ ਪਰ ਸੈਨੇਟਰ ਪਹਿਲਾਂ ਤਾਂ ਪਾਵਰ 'ਚ ਸੀਗੇ ਇੱਕਦਮ ਤਾਂ ਨਹੀਂ ਸਿਚੁਏਸ਼ਨ ਇਹ ਬਣ ਸਕਦੀ ਵੀ ਇਹ ਵੀ ਸੀ ਤਾਂ ਆਪਾਂ ਸਾਰਾ ਕੁਝ ਸੁੱਟ ਦਈਏ ਹੌਲੀ ਹੌਲੀ ਡਿਟੀਰੀਅਰੇਟ ਹੋਈ ਸੈਨੇਟਰ ਜਿਹੜੇ ਇੱਥੇ ਦੇ ਮੌਜੂਦਾ ਫੈਕਲਟੀ ਉਹਨਾਂ ਦਾ ਕਿੰਨਾ ਕੁ ਰੋਲ ਹੈ ਜਿਹੜੇ ਸੈਨੇਟਰ ਨੇ ਸਾਡੀ ਪੰਜਾਬ ਯੂਨੀਵਰਸਿਟੀ ਦੇ ਜਿੰਨੇ ਵੀ ਨੇ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਹੌਲੀ ਹੌਲੀ ਆ ਕੇ ਬਹੁਤ ਸਟ੍ਰੈਟਜੀ ਨਾਲ ਕੰਮ ਕੀਤਾ ਜਿਹੜਾ ਵਾਈਸ ਚਾਂਸਲਰ ਹੈ ਇਹਨੇ ਹੌਲੀ ਹੌਲੀ ਗਰੁੱਪਿਜ਼ਮ ਪਾਈ ਪਾੜ ਪਾਈ ਸੈਨੇਟਰਾਂ ਦੇ ਵਿੱਚ ਕਈਆਂ ਨੂੰ ਪਰਸਨਲ ਫਾਇਦੇ ਵੀ ਦਿੱਤੇ ਕਈ ਸੈਨੇਟਰ ਜਿਹੜੇ ਕੰਮ ਲਈ ਚੁਣੇ ਗਏ ਸੀ ਉਸ ਕੰਮ ਤੋਂ ਹਟ ਕੇ ਆਪਦੇ ਨਿੱਜੀ ਫਾਇਦਿਆਂ ਲਈ ਵਾਈਸ ਚਾਂਸਲਰ ਨਾਲ ਵੀ ਜੁੜ ਗਏ ਉਹਨਾਂ ਲੋਕਾਂ ਦੀ ਮੈਂ ਬਹੁਤ ਜ਼ਿਆਦਾ ਨਿੰਦਾ ਕਰਨਾ ਚਾਹੁੰਦਾ ਕੜੇ ਸ਼ਬਦਾਂ ਦੇ ਵਿੱਚ ਵੀ ਆਪਦੇ ਨਿੱਜੀ ਫਾਇਦਿਆਂ ਨੂੰ ਦੇਖ ਕੇ ਜਿਨ੍ਹਾਂ ਚੀਜ਼ਾਂ ਲਈ ਉਹਨਾਂ ਨੂੰ ਚੁਣਿਆ ਗਿਆ ਸੀ ਉਹਨਾਂ ਚੀਜ਼ਾਂ ਤੋਂ ਹਟ ਕੇ ਵਾਈਸ ਚਾਂਸਲਰ ਨਾਲ ਜਿਹੜੇ ਲੋਕ ਜੁੜੇ ਨੇ ਇਹਨਾਂ ਚੀਜ਼ਾਂ ਦਾ ਉਹਨਾਂ ਨੂੰ ਆਉਣ ਵਾਲੇ ਇਲੈਕਸ਼ਨਾਂ 'ਚ ਵੀ ਨਤੀਜਾ ਭੁਗਤਣਾ ਪਊਗਾ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵਾਰ-ਵਾਰ ਵੀ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਇੱਕ ਡੈਮੋਕ੍ਰੇਟਿਕ ਸਟਰਕਚਰ ਸੀ ਬਹੁਤ ਡੈਮੋਕ੍ਰੇਟਿਕਲੀ ਹਰ ਇੱਕ ਪਾਲਿਸੀ ਬਣਦੀ ਸੀ ਭਾਵੇਂ ਸਟੂਡੈਂਟਸ ਲਈ ਭਾਵੇਂ ਟੀਚਰਸ ਲਈ ਭਾਵੇਂ ਹੋਰ ਕਿਸੇ ਵਰਗ ਲਈ ਬਹੁਤ ਡੈਮੋਕ੍ਰੇਟਿਕਲੀ ਫੈਸਲੇ ਹੁੰਦੇ ਸੀ ਉਸ ਚੀਜ਼ ਨੂੰ ਤਾਨਾਸ਼ਾਹੀ 'ਚ ਬਦਲਣ 'ਚ ਸਭ ਤੋਂ ਵੱਡਾ ਰੋਲ ਜੇ ਹੈਗਾ ਉਹ ਵਾਈਸ ਚਾਂਸਲਰ ਦਾ ਹੈ ਅੱਜ ਦੀ ਡੇਟ 'ਚ ਤੁਸੀਂ ਦੇਖ ਸਕਦੇ ਹੋ ਕੰਟਰੋਲਰ ਆਫ ਐਗਜ਼ਾਮੀਨੇਸ਼ਨ ਰਜਿਸਟਰਾਰ DUI DSW ਵਾਰਡਨਸ ਜਿੰਨੀਆਂ ਵੀ ਮੇਨ ਪੋਸਟਾਂ ਨੇ ਕਿੰਨੀਆਂ ਕੁ ਪੋਸਟਾਂ 'ਤੇ ਪੰਜਾਬੀ ਬੰਦੇ ਨੇ ਰਹਿਣ ਦਿੱਤੇ ਨੇ ਜਾਂ ਕਿੰਨੀਆਂ ਕੁ ਪੋਸਟਾਂ 'ਤੇ ਸਿੱਖ ਬੰਦੇ ਨੇ ਹੁਣ ਮੈਂ ਤੁਹਾਨੂੰ ਇੱਕ ਬਹੁਤ ਵੱਡੀ ਐਗਜ਼ਾਮਪਲ ਦੇਣੀ ਚਾਹੁੰਦਾ ਰਜਿਸਟਰਾਰ ਦੀ ਪੋਸਟ ਕਾਫੀ ਲੰਬੇ ਸਮੇਂ ਤੋਂ ਹਰ ਵਾਰੀ ਜੇ ਹੁੰਦੀ ਸੀ ਤਾਂ ਕਿਸੇ ਸਿੱਖ ਬੰਦੇ ਕੋਲ ਹੁੰਦੀ ਸੀ ਇੰਨੇ ਸਾਲਾਂ 'ਚ ਪਹਿਲੀ ਵਾਰ ਹੋਇਆ ਵੀ ਨੌਨ ਸਿੱਖ ਬੰਦਾ ਅੱਜ ਦੀ ਡੇਟ ਦੇ ਵਿੱਚ ਰਜਿਸਟਰਾਰ ਬਣਿਆ ਬੈਠਾ ਅਤੇ ਉਸ ਬੰਦੇ ਕੋਲ ਮੇਨ ਦੋ ਪੋਸਟਾਂ ਪੰਜਾਬ ਯੂਨੀਵਰਸਿਟੀ ਦੀਆਂ FDO ਅਤੇ ਰਜਿਸਟਰਾਰ ਦੇ ਕਾਮਨ ਚਾਰਜ ਇੱਕ ਬੰਦੇ ਕੋਲ ਨੇ ਅਤੇ ਚੇਤਨ ਸਟਰੈਂਥ ਦੀ ਗੱਲ ਕਰੀਏ ਜਿਹੜੇ ਸਟਰੈਂਥ ਹੈ 15,000 ਤੋਂ 17,000 ਤੱਕ ਹੈ ਉਹ ਸਾਰੇ ਜਿਹੜੇ ਬੱਚੇ ਨੇ ਜਿਹੜੇ ਘਰਾਂ ਨੂੰ ਭੇਜ ਦਿੱਤੇ ਗਏ ਕਿਉਂਕਿ ਕਰੋਨਾ ਸੀਗਾ ਚਲੋ ਉਹ ਤਾਂ ਅਵੋਇਡ ਨਹੀਂ ਕੀਤਾ ਜਾਂਦਾ ਹੁਣ ਇਹ ਸੰਘਰਸ਼ ਕਿਵੇਂ ਉਹਨਾਂ ਨੂੰ ਇਨਵੋਲਵ ਕਰੋਗੇ ਕੀ ਉਹਨਾਂ ਨੂੰ ਸੱਦੇ ਲਾਤੇ ਗਏ ਹੈ ਕਿ ਉਹ ਵੀ ਆ ਰਹੇ ਹੈ ਜੇ ਸੰਘਰਸ਼ ਤਿੱਖਾ ਕਰਨਾ ਪੈ ਗਿਆ ਫਿਰ ਸਟੂਡੈਂਟਾਂ ਨੂੰ ਅਸੀਂ ਹਰ ਤਰ੍ਹਾਂ ਦਾ ਮੈਸੇਜ ਲਾਇਆ ਫੋਨ 'ਤੇ ਵੀ ਲਾਏ ਹੈ ਅਤੇ ਵੈਸੇ ਵੀ ਸਟੂਡੈਂਟਾਂ ਤੱਕ ਗੱਲ ਪਹੁੰਚ ਰਹੀ ਹੈ ਪਰ ਇਸ ਅਥਾਰਟੀ ਦੀ ਤੁਸੀਂ ਇੱਕ ਚੀਜ਼ ਰਵੱਈਆ ਦੇਖੋ ਜਿੱਥੇ ਕਿ ਪੰਜਾਬ ਦਾ ਅੱਜ ਦੀ ਡੇਟ ਸਾਰੇ ਇੱਕ ਐਜੂਕੇਸ਼ਨਲ ਇੰਸਟੀਟਿਊਟ ਓਪਨ ਹੈ ਚੰਡੀਗੜ੍ਹ ਦੇ ਸਾਰੇ ਕਾਲਜ ਓਪਨ ਹੈ ਪੰਜਾਬ ਯੂਨੀਵਰਸਿਟੀ ਓਪਨ ਇਸੇ ਕਾਰਨ ਨਹੀਂ ਕਰਦੇ ਵੀ ਕਿਸੇ ਤਰੀਕੇ ਨਾਲ ਜਿਹੜੇ ਇਹਨਾਂ ਨੇ ਆਪਦੇ ਡਿਸੀਜਨ ਲੈਣੇ ਨੇ ਉਹਨਾਂ ਚੀਜ਼ਾਂ ਦੇ ਖਿਲਾਫ ਕੋਈ ਮੂਵਮੈਂਟ ਨਾ ਬਣ ਜੇ ਕੋਈ ਸੰਘਰਸ਼ ਨਾ ਤੇਜ਼ ਹੋ ਜਾਵੇ ਇਸ ਕਰਕੇ ਪੰਜਾਬ ਯੂਨੀਵਰਸਿਟੀ ਨੂੰ ਹਜੇ ਤੱਕ ਵਾਈਸ ਚਾਂਸਲਰ ਵੱਲੋਂ ਓਪਨ ਨਹੀਂ ਕੀਤਾ ਗਿਆ ਕਿਉਂਕਿ ਸਿਰਫ ਔਰ ਸਿਰਫ ਇਹ ਟਾਈਮ ਟਪਾ ਰਹੇ ਨੇ ਕਿਸੇ ਤਰੀਕੇ ਨਾਲ ਜਿਹੜੀ ਇਹਨਾਂ ਨੇ ਰਿਫੋਰਮ ਲਈ ਕਮੇਟੀ ਇੱਕ ਬਣਾਈ ਗਈ ਸੀ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਦੁਆਰਾ ਉਹ ਰਿਫੋਰਮ ਇਹ
ਅਪਲਾਈ ਕਰਾਉਣਾ ਚਾਹੁੰਦੇ ਨੇ ਸੋ ਇਹ ਟਾਈਮ ਟਪਾ ਰਹੇ ਨੇ ਕਿਸੇ ਤਰ੍ਹਾਂ ਟਾਈਮ ਆ ਜਾਏ ਨਿਊ ਐਜੂਕੇਸ਼ਨ ਪਾਲਿਸੀ ਅਪਲਾਈ ਹੋ ਜਾਏ ਤੇ ਅਸੀਂ ਯੂਨੀਵਰਸਿਟੀ ਤੇ ਜਿਹੜੀ ਇਹਦੀ ਖੂਬਸੂਰਤੀ ਸੀ ਜਿਹੜਾ ਇੱਕ ਡੈਮੋਕ੍ਰੈਟਿਕ ਸਟਰਕਚਰ ਸੀ ਇਹਦਾ ਉਹਨੂੰ ਅਸੀਂ ਡਿਕਟੇਟਰਸ਼ਿਪ 'ਚ ਬਦਲ ਦਈਏ ਇਸ ਕਾਰਨ ਇਹ ਪੰਜਾਬ ਯੂਨੀਵਰਸਿਟੀ ਓਪਨ ਨਹੀਂ ਕਰ ਰਹੇ ਜੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਫਿਰ ਅੱਗੇ ਕੀ ਕਰੋਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਸੰਘਰਸ਼ ਹੋਰ ਜ਼ਿਆਦਾ ਤੇਜ਼ ਹੋਣਾ ਸਟੂਡੈਂਟਸ ਵੀ ਅਵੇਅਰ ਹੋ ਰਹੇ ਨੇ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜਿੰਨੀਆਂ ਵੀ ਸਟੇਟਾਂ ਨੇ ਜਿੱਥੇ ਵੀ ਪੰਜਾਬ ਯੂਨੀਵਰਸਿਟੀ ਨੂੰ ਪਿਆਰ ਕਰਨ ਵਾਲੇ ਲੋਕ ਬੈਠੇ ਨੇ ਇਹਦੇ ਅਲੂਮਨਾਈ ਬੈਠੇ ਨੇ ਇੱਕ ਇੱਕ ਬੰਦੇ ਤੱਕ ਪਹੁੰਚ ਕਰਕੇ ਬਹੁਤ ਸਾਰੇ ਵਰਗਾਂ ਤੋਂ ਲੋਕ ਆ ਕੇ ਸਪੋਰਟ ਵੀ ਦੇ ਰਹੇ ਨੇ ਭਾਵੇਂ ਆਰਟਿਸਟ ਭਾਈਚਾਰਾ ਲਾ ਲਈਏ ਪੋਲੀਟੀਕਲ ਭਾਈਚਾਰਾ ਲਾ ਲਈਏ ਭਾਵੇਂ ਕੋਈ ਹੋਰ ਸੋਸ਼ਲ ਵਰਕਰਸ ਲਾ ਲਈਏ ਹਰ ਤਰ੍ਹਾਂ ਦਾ ਇਨਸਾਨ ਪੰਜਾਬ ਯੂਨੀਵਰਸਿਟੀ ਨੂੰ ਪਿਆਰ ਕਰਨ ਵਾਲਾ ਇਸ ਚੀਜ਼ 'ਚ ਸਪੋਰਟ ਦੇ ਰਿਹਾ ਪਰ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਇਸ ਸੰਘਰਸ਼ ਨੂੰ ਇੱਕ ਮੰਚ 'ਤੇ ਲਿਆ ਕੇ ਮੋਬਲਾਈਜੇਸ਼ਨ ਕਰਾਂਗੇ ਇਹਨੂੰ ਹੋਰ ਤੇਜ਼ ਕਰਾਂਗੇ ਬਹੁਤ ਬਹੁਤ ਧੰਨਵਾਦ ਚੇਤਨ ਪ੍ਰੋ ਪੰਜਾਬ ਟੀਮ ਨਾਲ ਜੁੜਨ ਵਾਸਤੇ ਇਹ ਹੈ ਇਹ ਸੀਗੇ ਚੇਤਨ ਚੌਧਰੀ ਜੋ ਕਿ ਸਟੂਡੈਂਟ ਆਰਗਨਾਈਜੇਸ਼ਨ ਆਫ ਇੰਡੀਆ ਜਾਂ ਪੰਜਾਬ ਯੂਨੀਵਰਸਿਟੀ ਦੇ ਮੌਜੂਦਾ ਪ੍ਰਧਾਨ ਨੇ 2 ਸਾਲ ਤੋਂ ਪ੍ਰਧਾਨ ਨੇ ਅੰਦਰ ਮੀਟਿੰਗਾਂ 'ਚ ਵੀ ਬੈਠਦੇ ਨੇ ਚਾਹੇ ਉਹ ਵਾਈਸ ਚਾਂਸਲਰ ਨਾਲ ਹੋਵੇ ਸੈਨੇਟਰ ਨਾਲ ਹੋਵੇ ਤਾਂ ਉਹਨਾਂ ਨੇ ਕਿਹਾ ਵੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਮੌਜੂਦਾ ਉਹਨਾਂ ਦਾ ਕੋਈ ਧਿਆਨ ਨਹੀਂ ਹੈਗਾ ਸਟੂਡੈਂਟਸ ਦੇ ਵੈਲਫੇਅਰ ਵਾਸਤੇ ਜਾਂ ਯੂਨੀਵਰਸਿਟੀ ਦੀ ਵੈਲਫੇਅਰ ਵਾਸਤੇ ਉਹਨਾਂ ਦਾ ਟਾਈਮ 'ਚ ਦੇਖਣਾ ਹੈ ਸੰਘਰਸ਼ ਕਿੰਨਾ ਲੰਬਾ ਚੱਲਦਾ ਹੈ ਅਤੇ ਇਹਦਾ ਕੀ ਨਤੀਜਾ ਨਿਕਲਦਾ ਚੰਡੀਗੜ੍ਹ ਤੋਂ ਕੈਮਰਾਮੈਨ ਮਨਪ੍ਰੀਤ ਸਿੰਘ ਨਾਲ ਮੈਂ ਸ਼ੁਭਕਰਮਨ ਧਾਲੀਵਾਲ ਪ੍ਰੋ ਪੰਜਾਬ ਟੀਵੀ